सत श्री अकाल जी सारयां नूं, मैं गुरसेव कतूर चैलेंजर इमीग्रेशन दे फेसबुक एंड यूट्यूब चैनल ते तुहाडा डेली बेस ते जो सानू लगातार एक कॉलिंग आ रही है स्पाउस ओपन वर्क परमिट दे एप्लीकेंट्स दी, जिन्हां ने साडे तो फाइल लगाई हुई है जां किसी होर कंपनी तो अपलाई कीता होया बट लंबे समय तो पिछले साल डेढ़ साल तो उन्हां दी फाइल दे अंडर रिव्यू है फाइल उन्हां दी, ते कोई भी अपडेट उन्हां नूं नहीं मिल रहा। उन्हां दा इक्को ही क्वेश्चन जिहड़ा ऑन रिपीट है, वो वार वार यही पुछ रहे कि फाइल वापस लैके सानू विजिटर वीज़ा अप्लाई कर देना चाहिए। जेकर आप विजिटर वीज़े बारे गल करिए कि फाइल वापस लैके विजिटर वीज़ा लगा देना चाहिए ज नहीं, जिन्हें केस मेरे ध्यान दे विच रहे ने जिन्हां ने अप्लाई किया है, मैं उन्हां दा ज़्यादा कोई पॉजिटिव रिस्पोंस जिहड़ा उन्हां फाइलों का नहीं देखिया। सो इस करके जो साडी कंपनी की सलाह तुहानू रहेगी कि जेकर तुहाडी फाइल अंडर प्रोसैस है, तुहाडे स्पाउस की स्टडी कैनेडा दे विच कंप्लीट हो चुकी है, ਤਾਂ ਤੁਸੀਂ ਉਸ ਫਾਈਲ ਨੂੰ ਇਸੇ ਤਰ੍ਹਾਂ ਹੀ ਅੰਬੈਸੀ ਦੇ ਵਿੱਚ ਰਹਿਣ ਦਿਓ, ਉਹਨੂੰ ਵਿਦਡਰਾਅ ਨਾ ਕਰੋ। ਸਮੇਂ ਦੌਰਾਨ ਤੁਹਾਨੂੰ ਇੱਕੋ ਗੱਲ ਦਾ ਧਿਆਨ ਰੱਖਣਾ ਚਾਹੀਦਾ, ਜਿਸ ਵੀ ਕੰਸਲਟੈਂਟ ਤੋਂ ਤੁਸੀਂ ਆਪਣੀ ਫਾਈਲ ਅਪਲਾਈ ਕੀਤੀ ਹੋਈ ਹੈ ਉਹਨਾਂ ਨੂੰ ਤੁਸੀਂ ਇੱਕ ਰਿਕੁਐਸਟ ਕਰੋ ਕਿ ਉਹ ਡੇਲੀ ਬੇਸ 'ਤੇ ਤੁਹਾਡੀ ਫਾਈਲ ਦਾ ਸਟੇਟਸ ਚੈੱਕ ਕਰਦੇ ਰਹਿਣ। ਜੇਕਰ ਸਪਾਊਸ ਦੀ ਸਟੱਡੀ ਕੰਪਲੀਟ ਹੋ ਚੁੱਕੀ ਹੈ ਤਾਂ ਕੈਨੇਡੀਅਨ ਅੰਬੈਸੀ ਦੁਆਰਾ ਇੱਕ ਰਿਕੁਐਸਟ ਲੈਟਰ ਭੇਜਿਆ ਜਾ ਰਿਹਾ। ਜਿਹੜੇ ਵੀ ਰਿਕੁਐਸਟ ਲੈਟਰ ਸਪਟੈਂਬਰ 2021 ਦੌਰਾਨ ਰਿਸੀਵ ਕੀਤੇ ਗਏ ਉਹਨਾਂ ਦੇ ਵਿੱਚ ਸਿਰਫ ਅਤੇ ਸਿਰਫ ਅੰਬੈਸੀ ਵੱਲੋਂ ਇੱਕੋ ਇੰਪਲੋਇਮੈਂਟ ਲੈਟਰ ਦੀ ਅਤੇ ਪੇ ਸਟੱਬਸ ਦੀ ਮੰਗ ਕੀਤੀ ਜਾ ਰਹੀ ਸੀ, ਬਟ ਇਸ ਮੰਥ ਜੋ ਰਿਕੁਐਸਟ ਲੈਟਰ ਰਿਸੀਵ ਕੀਤੇ ਨੇ ਉਹਦੇ ਵਿੱਚ ਡਾਕੂਮੈਂਟਸ ਦੀ ਰਿਕੁਆਇਰਮੈਂਟ ਲਗਾਤਾਰ ਵਧਾ ਦਿੱਤੀ ਗਈ ਹੈ। ਸੋ ਜੇਕਰ ਤੁਹਾਡੇ ਵੀ ਸਪਾਊਸ ਦੀ ਸਟੱਡੀ ਕੰਪਲੀਟ ਹੋ ਚੁੱਕੀ ਹੈ ਤਾਂ ਤੁਹਾਨੂੰ ਉਹਨਾਂ ਗੱਲਾਂ 'ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਟਾਈਮ ਆਉਣ 'ਤੇ ਤੁਸੀਂ ਉਹ ਡਾਕੂਮੈਂਟਸ ਪ੍ਰੋਵਾਈਡ ਕਰ ਸਕੋ। ਜੋ ਰੀਸੈਂਟ ਰਿਕੁਐਸਟ ਲੈਟਰ ਹੈ ਉਹਦੇ ਵਿੱਚ ਅੰਬੈਸੀ ਵੱਲੋਂ ਕੁਛ ਡਾਕੂਮੈਂਟਸ ਦੀ ਮੰਗ ਕੀਤੀ ਜਾ ਰਹੀ ਹੈ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਹੈ, ਇੰਪਲੋਇਮੈਂਟ ਲੈਟਰ, 10 ਪੇ ਸਟੱਬਸ ਤੁਹਾਡੇ ਸਪਾਊਸ ਦੀਆਂ, ਅਤੇ 2 ਮਹੀਨੇ ਦੀ ਬੈਂਕ ਸਟੇਟਮੈਂਟ ਜਿਹਦੇ ਵਿੱਚ ਉਸਦੀ ਸੈਲਰੀ ਸ਼ੋ ਹੋ ਸਕੇ। ਨੈਕਸਟ ਹੈ ਤੁਹਾਡੇ ਫੰਡਸ ਦੀ ਰਿਕੁਆਇਰਮੈਂਟ, ਤੁਹਾਡੇ ਅਤੇ ਤੁਹਾਡੇ ਕੈਨੇਡਾ ਰਹਿੰਦੇ ਸਪਾਊਸ ਦੇ ਤੁਹਾਨੂੰ ਫੰਡਸ ਜੋ ਸਬਮਿਟ ਕਰਨੇ ਪੈਣਗੇ। ਥਰਡ ਵਨ, ਉਹ ਤੁਹਾਡਾ ਜੋ ਸਪਾਊਸ ਦੇ ਨਾਲ ਕਮਿਊਨੀਕੇਸ਼ਨ ਹੋ ਰਿਹਾ ਪਿਛਲੇ 3 ਮਹੀਨੇ ਦੌਰਾਨ, ਉਹਦੀ ਸਾਰੀ ਡਿਟੇਲ ਤੁਹਾਨੂੰ ਅੰਬੈਸੀ ਦੇ ਨਾਲ ਸ਼ੇਅਰ ਕਰਨੀ ਪਏਗੀ। ਸੋ ਜਿਸ ਤਰ੍ਹਾਂ ਮੈਂ ਕਿਹਾ ਕਿ ਆਪਣੇ ਤੁਸੀਂ ਕੰਸਲਟੈਂਟ ਜਿੱਥੋਂ ਵੀ ਫਾਈਲ ਲਗਵਾਈ ਹੈ, ਜੇਕਰ ਤੁਹਾਡੇ ਸਪਾਊਸ ਦੀ ਕੈਨੇਡਾ ਦੇ ਵਿੱਚ ਸਟੱਡੀ ਕੰਪਲੀਟ ਹੋ ਚੁੱਕੀ ਹੈ ਤਾਂ ਤੁਹਾਨੂੰ ਕਿਸੇ ਵੀ ਵਕਤ ਉਹ ਰਿਕੁਐਸਟ ਲੈਟਰ ਭੇਜਿਆ ਜਾ ਸਕਦਾ ਹੈ। ਤਾਂ ਕੰਸਲਟੈਂਟ ਨੂੰ ਰਿਕੁਐਸਟ ਕਰੋ ਕਿ ਉਹ ਲਗਾਤਾਰ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰਦੇ ਰਹਿਣ ਤਾਂ ਜੋ ਇਸ ਲੈਟਰ ਦਾ ਜੋ ਟਾਈਮ ਪੀਰੀਅਡ ਹੈ ਉਹ ਇੱਦਾਂ ਹੀ ਲੰਘ ਨਾ ਜਾਵੇ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।